ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ 'ਤੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀਓ, ਆਓ ਜਿੰਨਾ ਕੁ ਵੀ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਇਸ ਨੂੰ ਸਫਲਾ ਕਰੀਏ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਹਾਂ ਪਿਆਰੇ, ਹਿਰਦੇ ਵਿੱਚੋਂ ਅਰਦਾਸ ਨਿਕਲੀ ਹੋਵੇ ਕਦੇ ਵਿਅਰਥ ਨਹੀਂ ਜਾਂਦੀ। ਸ਼ਰਧਾ ਦੀ ਅਰਦਾਸ ਤੇ ਦੋ ਬੋਲੀ ਹਿਰਦੇ ਵਿੱਚੋਂ ਨਿਕਲ ਜਾਣ, ਕਹਿੰਦੇ ਨੇ ਕਿ ਅਰਦਾਸ ਦੇ ਵਿੱਚ ਇੰਨੀ ਤਾਕਤ ਹੈ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਕੱਢਣ ਦੀ ਤਾਕਤ ਰੱਖਦੀ ਅਰਦਾਸ, ਜੇਕਰ ਹਿਰਦੇ ਵਿੱਚ ਨਿਕਲੀ ਹੋਵੇ। ਆਓ ਆਪਾਂ ਇਹ ਸ਼ਬਦ ਉਚਾਰਨ ਕਰਕੇ ਫਿਰ ਕੁਝ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰੀਏ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਰੋਗ ਮਿਟਾਇਆ ਆਪ ਪ੍ਰਭ, ਉਪਜਿਆ ਸੁਖ ਸ਼ਾਂਤ। ਰੋਗ ਮਿਟਾਇਆ ਆਪ ਪ੍ਰਭ, ਉਪਜਿਆ ਸੁਖ ਸ਼ਾਂਤ। ਵੱਡ ਪ੍ਰਤਾਪ ਅਚਰਜ ਰੂਪ ਹਰ ਕਿੰਨੀ ਦਾਤ। ਵੱਡ ਪ੍ਰਤਾਪ ਅਚਰਜ ਰੂਪ ਹਰ ਕਿੰਨੀ ਦਾਤ। ਨਾਨਕ ਜੋਰ ਗੋਬਿੰਦ ਕਾ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ, ਨਾਨਕ ਜੋਗ ਗੋਬਿੰਦ ਕਾ।
ਪੂਰਨ ਗੁਣ ਤਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ ਨਾਨਕ ਜੋਰ ਗੋਬਿੰਦ ਕਾ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਨ ਕੀ ਅਰਦਾਸ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਪਿਆਰਿਓ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ ਇਹ ਜ਼ਰੂਰੀ ਨੇ ਕਿ ਇਨਸਾਨ ਨੇ ਬਹੁਤ ਕੋਈ ਲੰਮੀ ਚੌੜੀ ਅਰਦਾਸ ਕਰਕੇ ਪ੍ਰਭੂ ਨੂੰ ਖੁਸ਼ ਕਰਨਾ ਹੈ ਜਾਂ ਫਿਰ ਕਈ ਲੋਕ ਨਹੀਂ ਪੜ੍ਹੇ ਲਿਖੇ ਹੁੰਦੇ ਨਹੀਂ ਬਾਣੀ ਪੜ੍ਹ ਸਕਦੇ ਨਹੀਂ ਧਾਰਮਿਕ ਗ੍ਰੰਥ ਨਹੀਂ ਵੇਦ ਪੜ੍ਹ ਸਕਦੇ ਕੀ ਉਹ ਪ੍ਰਭੂ ਦੀ ਖੁਸ਼ੀ ਤੋਂ ਵਾਂਝੇ ਰਹਿ ਜਾਂਦੇ ਨੇ ਨਹੀਂ ਸਤਿਗੁਰਾਂ ਦੀ ਬਾਣੀ ਦਾ ਕਥਨ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜ੍ਹਿਆ ਅਨਪੜ੍ਹਿਆ
ਪਰਮ ਗਤ ਪਾਵੇ। ਇੱਥੇ ਪੜ੍ਹਾਈਆਂ ਲਿਖਾਈਆਂ ਦੀ ਗੱਲ ਨਹੀਂ ਹੈ, ਇੱਥੇ ਚਤੁਰਾਈਆਂ ਦੀ ਵੀ ਗੱਲ ਨਹੀਂ ਹੈ। ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰ ਆਖਦੇ ਨੇ ਕਿ ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਭਨ ਵਿੱਚ ਪ੍ਰਭੂ ਮਿਲਦਾ ਜਿਸ ਨੂੰ ਵੀ ਮਿਲਦਾ ਹੈ। ਚਤੁਰਾਈ ਨਾ ਚਤੁਰ ਪੁੱਜ ਪਾਇਆ। ਚਤੁਰਾਈਆਂ ਦੇ ਨਾਲ ਬਹੁਤੀਆਂ ਸਿਆਣਪਾਂ ਦੇ ਨਾਲ ਕਦੇ ਪਰਮੇਸ਼ਰ ਨਹੀਂ ਕਿਸੇ ਨੂੰ ਮਿਲਿਆ। ਇੱਕ ਤੁਹਾਨੂੰ ਬਹੁਤ ਹੀ ਸੁੰਦਰ ਕਹਾਣੀ ਸੁਣਾਵਾਂ। ਪੁਰਾਤਨ ਰੂਸ ਦੀ ਇਹ ਕਥਾ ਹੈ। ਤਿੰਨ ਫਕੀਰ ਬੜੇ ਉੱਥੇ ਮਸ਼ਹੂਰ ਸਨ ਉਸ ਸਮੇਂ। ਧਿਆਨ ਦੇ ਨਾਲ ਸੁਣਨਾ ਅਤੇ ਤੁਹਾਨੂੰ ਸਮਝ ਪਵੇਗੀ ਕਿ ਪ੍ਰਭੂ ਅਸਲ ਵਿੱਚ ਖੁਸ਼ ਕਿਸ ਤਰ੍ਹਾਂ ਹੁੰਦਾ ਹੈ, ਕਿਹੜੀਆਂ ਅਰਦਾਸਾਂ ਦੇ ਨਾਲ ਹੁੰਦਾ। ਉਹ ਤਿੰਨ ਫਕੀਰ ਰੂਸ ਦੇ ਵਿੱਚ ਬਹੁਤ ਹੀ ਮਸ਼ਹੂਰ ਹੋ ਗਏ। ਲੋਕ ਉਹਨਾਂ ਦੇ ਕੋਲ ਆ ਕੇ ਬਹਿੰਦੇ, ਉਹਨਾਂ ਦੀ ਸੰਗਤ ਕਰਦੇ। ਅਤੇ ਉਸ ਸਮੇਂ ਉਸ ਸ਼ਹਿਰ ਵਿੱਚ ਜਿਹੜੀ ਮਸ਼ਹੂਰ ਚਰਚ ਸੀ ਅਤੇ ਉਹਦਾ ਪਾਦਰੀ ਉਹਨਾਂ ਦੇ ਨਾਲ ਈਰਖਾ ਕਰਨ ਲੱਗ ਪਿਆ। ਇਹ ਲਾਜ਼ਮੀ ਸੀ ਕਿਉਂਕਿ ਜਦੋਂ ਲੋਕਾਂ ਦਾ ਰੁਝਾਨ ਉਹਨਾਂ ਫਕੀਰਾਂ ਵੱਲ ਹੋ ਗਿਆ ਅਤੇ ਚਰਚ ਦੇ ਵਿੱਚੋਂ ਲੋਕਾਂ ਦਾ ਆਉਣਾ ਜਾਣਾ ਘੱਟ ਗਿਆ। ਅਤੇ ਕਹਿੰਦੇ ਨੇ ਕਿ ਇੱਕ ਦਿਨ ਤਾਂ ਪਾਦਰੀ ਸਾਰਾ ਦਿਨ ਚਰਚ ਵਿੱਚ ਬੈਠਾ ਰਿਹਾ ਅਤੇ ਕੋਈ ਚਰਚ ਵਿੱਚ ਆਇਆ ਹੀ ਨਾ। ਅਤੇ ਪਾਦਰੀ ਨੇ ਬੜੀ ਜੈਲਸ ਕੀਤੀ, ਈਰਖਾ ਕੀਤੀ, ਉਹਦੇ ਮਨ ਵਿੱਚ ਬੜੀ ਈਰਖਾ ਆ ਗਈ ਉਹਨਾਂ ਫਕੀਰਾਂ ਦੇ ਪ੍ਰਤੀ। ਬਈ ਇਹਨਾਂ ਨੇ ਸਾਰੇ ਲੋਕਾਂ ਨੂੰ ਮਗਰ ਲਾ ਲਿਆ ਹੀ। ਪਿਆਰਿਓ, ਇਹ ਵੀ ਈਰਖਾ ਬੜੀ ਪ੍ਰਬਲ ਹੈ। ਬਾਕੀ ਦੁਨੀਆਂ ਦੇ ਕੰਮਾਂ ਕਾਰਾਂ ਵਿੱਚ ਤਾਂ ਇੱਕ ਦੂਜੇ ਨਾਲ ਈਰਖਾ ਹੈ, ਪਰ ਧਾਰਮਿਕ ਈਰਖਾ ਵੀ ਹੁੰਦੀ ਹੈ। ਅਤੇ ਧਾਰਮਿਕ ਈਰਖਾ ਇੰਨੀ ਪ੍ਰਬਲ ਹੁੰਦੀ ਹੈ ਕਿ ਦੂਸਰੀ ਈਰਖਾ ਤਾਂ ਹਾਲੇ ਕਿਤੇ ਨਾ ਕਿਤੇ ਜਾ ਕੇ ਰੁਕ ਜਾਵੇ ਅਤੇ ਪਰ ਧਾਰਮਿਕ ਈਰਖਾ ਖੂਨ ਖਰਾਬਿਆਂ ਤੱਕ ਪਹੁੰਚ ਜਾਂਦੀ ਹੈ। ਨਹੀਂ ਤਾਂ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਿਓ, ਜਿੰਨਾ ਕਤਲੇਆਮ, ਜਿੰਨਾ ਖੂਨ ਅੱਜ ਤੱਕ ਧਰਮ ਦੇ ਨਾਂ 'ਤੇ ਇਸ ਧਰਤੀ 'ਤੇ ਡੁੱਲ ਚੁੱਕਿਆ ਹੈ, ਉਨਾ ਉੱਦਾਂ ਨਹੀਂ ਡੁੱਲਿਆ। ਕਿਉਂਕਿ ਧਾਰਮਿਕ ਈਰਖਾ ਇਨਸਾਨ ਨੂੰ ਬੜਾ ਹੀ ਬਹੁਤ ਜ਼ਿਆਦਾ ਕਠੋਰ ਬਣਾ ਦਿੰਦੀ ਹੈ, ਕੱਟੜ ਬਣਾ ਦਿੰਦੀ ਹੈ। ਜਿਸ ਤਰ੍ਹਾਂ ਖੜਿਆ ਹੋਇਆ ਪਾਣੀ ਮੁਸ਼ਕ ਮਾਣ ਲੱਗ ਪੈਂਦਾ ਹੈ, ਪਾਣੀ ਵਗਦਾ ਰਹੇ ਤਾਂ ਸਹੀ ਰਹਿੰਦਾ ਹੈ। ਇਸੇ ਤਰ੍ਹਾਂ ਜਦੋਂ ਇਨਸਾਨ ਦੀ ਸੋਚ ਕਿਤੇ ਇੱਕ ਜਗ੍ਹਾ ਖੜ ਜਾਂਦੀ ਹੈ, ਉਹ ਤੋਂ ਅੱਗੇ ਪਿੱਛੇ ਹੋਰ ਕੁਝ ਦੇਖਦਾ ਹੀ ਨਹੀਂ, ਤਾਂ ਫਿਰ ਉਹ ਵੀ ਬਹੁਤ ਜ਼ਿਆਦਾ ਈਰਖਾਵਾਦੀ ਹੋ ਜਾਂਦਾ ਹੈ ਦੂਸਰਿਆਂ ਦੇ ਨਾਲ। ਇਸੇ ਤਰ੍ਹਾਂ ਉਸ ਪਾਦਰੀ ਦੇ ਮਨ ਵਿੱਚ ਬੜੀ ਈਰਖਾ ਆ ਗਈ ਅਤੇ ਇੱਕ ਦਿਨ ਸੋਚਿਆ ਕਿ ਅੱਜ ਤਾਂ ਮੈਂ ਉਹਨਾਂ ਫਕੀਰਾਂ ਨੂੰ ਜਾਂ ਉਹਨਾਂ ਤਿੰਨਾਂ ਬੰਦਿਆਂ ਨੂੰ ਜ਼ਰੂਰ ਮਿਲਾਂਗਾ ਅਤੇ ਚੰਗੀ ਤਰ੍ਹਾਂ ਸਬਕ ਸਿਖਾਵਾਂਗਾ। ਚੱਲ ਪਿਆ, ਕਹਿੰਦੇ ਆਪਣਾ ਬਾਣਾ ਪਾਦਰੀਆਂ ਵਾਲਾ ਪਾਇਆ, ਮੁਕਟ ਲਾਇਆ ਆਪਣੇ ਸਿਰ ਦੇ ਉੱਤੇ ਅਤੇ ਜਿਸ ਜਗ੍ਹਾ ਉਹ ਰਹਿੰਦੇ ਸਨ ਇੱਕ ਝੀਲ ਇੱਕ ਨਦੀ ਪਾਰ ਕਰਕੇ ਜਾਣਾ ਸੀ। ਇਹ ਕਿਸ਼ਤੀ ਵਿੱਚ ਬੈਠਿਆ, ਦੂਏ ਪਾਰ ਗਿਆ ਅਤੇ ਥੋੜ੍ਹਾ ਜਿਹਾ ਭਾਲ ਕਰਨ ਵਿੱਚ ਇਹਨੂੰ ਇੱਕ ਦਰਖਤ ਦੇ ਹੇਠਾਂ ਤਿੰਨ ਬੰਦੇ ਸਧਾਰਨ ਜਿਹੇ ਕੱਪੜੇ ਪਾਏ ਹੋਏ ਤਿੰਨ ਬੰਦੇ ਬੈਠੇ ਮਿਲੇ ਅਤੇ ਇਹ ਕੋਲ ਗਿਆ ਪਾਦਰੀ ਅਤੇ ਪੁੱਛਦਾ ਹੈ ਕਿ ਤੁਸੀਂ ਉਹ ਤਿੰਨੇ ਸੰਤ ਹੋ ਜਿਨ੍ਹਾਂ ਦੇ ਮਗਰ ਸਾਰੇ ਲੋਕ ਲੱਗੇ ਫਿਰਦੇ ਨੇ।
ਉਹ ਆਖਣ ਲੱਗੇ ਕਿ ਸੰਤ ਕਿਹੜੇ ਸੰਤ? ਭਾਈ ਅਸੀਂ ਕੋਈ ਸੰਤ ਨਹੀਂ ਹਾਂ, ਅਸੀਂ ਕੋਈ ਸੰਤ ਨਹੀਂ ਹਾਂ, ਅਸੀਂ ਤਾਂ ਆਪ ਬਚਦੇ ਫਿਰਦੇ ਹਾਂ। ਪਤਾ ਨਹੀਂ ਇਹਨਾਂ ਲੋਕਾਂ ਨੂੰ ਸਾਡੇ ਬਾਰੇ ਕਿੱਥੋਂ ਪਤਾ ਲੱਗ ਗਿਆ, ਕਿੱਥੋਂ ਪਤਾ ਲੱਗ ਗਿਆ ਸਾਡੇ ਕੋਲ ਆ ਕੇ ਬੈਠੇ ਰਹਿੰਦੇ ਨੇ, ਸਾਡੇ ਮਗਰ ਮਗਰ ਤੁਰਦੇ ਫਿਰਦੇ ਨੇ। ਅਸੀਂ ਤਾਂ ਆਪ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਅਸੀਂ ਤਾਂ ਆਪ ਲੁਕਦੇ ਫਿਰਦੇ ਹਾਂ। ਸਾਨੂੰ ਭੀੜ ਨਹੀਂ ਚਾਹੀਦੀ, ਅਸੀਂ ਤਾਂ ਇਕਾਂਤ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਸ਼ਾਂਤੀ ਵਿੱਚ ਰਹਿਣਾ ਚਾਹੁੰਦੇ ਹਾਂ। ਹੁਣ ਪਾਦਰੀ ਸਾਹਿਬ ਤੁਸੀਂ ਆ ਗਏ ਹੋ, ਤੁਸੀਂ ਕੋਈ ਕਿਰਪਾ ਕਰੋ, ਸਾਡੀ ਜਾਨ ਛੁਡਾਓ ਇਹਨਾਂ ਲੋਕਾਂ ਤੋਂ, ਸਾਡੀ ਜਾਨ ਛੁਡਾਓ। ਅਸੀਂ ਇਹਨਾਂ ਝਮੇਲਿਆਂ 'ਚ ਨਹੀਂ ਪੈਣਾ ਚਾਹੁੰਦੇ, ਅਸੀਂ ਕੋਈ ਸੰਤ ਨਹੀਂ। ਉਹ ਪਾਦਰੀ ਇਹ ਗੱਲ ਸੁਣ ਕੇ ਅੰਦਰੋਂ ਬੜਾ ਖੁਸ਼ ਹੋਇਆ। ਉਹ ਕਹਿੰਦਾ ਇਹ ਤਾਂ ਬੜੇ ਮੂਰਖ ਨੇ, ਮੈਂ ਤਾਂ ਸਮਝਦਾ ਸੀ ਕਿ ਇਹ ਬਹੁਤ ਸਿਆਣੇ ਹੋਣਗੇ, ਇਹਨਾਂ ਦੇ ਕੋਲ ਇੰਨੇ ਲੋਕ ਆ ਕੇ ਬਹਿੰਦੇ ਨੇ, ਇੰਨੇ ਇਹਨਾਂ ਦੇ ਮਗਰ ਲੱਗੇ ਨੇ, ਅਤੇ ਇਹ ਕਹਿੰਦੇ ਨੇ ਕਿ ਸਾਡੀ ਜਾਨ ਛੁਡਾਓ, ਸਾਨੂੰ ਇਕਾਂਤ ਚਾਹੀਦਾ ਹੈ। ਕਹਿੰਦੇ ਨੇ ਕਿ ਇਹ ਤਾਂ ਬੜੇ ਮੂਰਖ ਨੇ, ਅਤੇ ਮੈਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਵਾਂਗਾ। ਆਖਣ ਲੱਗਾ ਪਾਦਰੀ ਵੀ ਤੁਸੀਂ ਉਸ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਿਹੜੀ ਕਰਦੇ ਹੋ? ਇੰਨੇ ਲੋਕ ਤੁਹਾਡੇ ਮਗਰ ਤੁਰੇ ਫਿਰਦੇ ਨੇ, ਤੁਸੀਂ ਸੰਤ ਹੋ, ਫਕੀਰ ਹੋ, ਪ੍ਰਾਰਥਨਾ ਕਿਹੜੀ ਕਰਦੇ ਹੋ? ਕਿਹੜੀ ਅਰਦਾਸ ਕਰਦੇ ਹੋ? ਤੁਹਾਨੂੰ ਅਰਦਾਸ ਤਾਂ ਆਉਂਦੀ ਹੋਵੇਗੀ, ਤੁਹਾਨੂੰ ਪ੍ਰਾਰਥਨਾ ਆਉਂਦੀ ਹੋਵੇਗੀ। ਕਹਿੰਦੇ ਨੇ ਕਿ ਉਹਨਾਂ ਤਿੰਨਾਂ ਜਾਣਿਆਂ ਨੇ ਨੀਵੀਂ ਪਾਲੀ, ਨੀਵੀਂ ਪਾਲੀ ਬੋਲੇ ਕੁਝ ਨਹੀਂ। ਅਤੇ ਪਾਦਰੀ ਪੁੱਛਦਾ ਹੈ ਵੀ ਤੁਸੀਂ ਕਿਉਂ ਚੁੱਪ ਹੋ, ਨੀਵੀਂ ਕਿਉਂ ਪਾ ਲਈ ਹੈ? ਤੁਹਾਡੀ ਬਾਈਬਲ ਕਿੱਥੇ ਹੈ? ਤੁਸੀਂ ਪ੍ਰਾਰਥਨਾ ਕਰਦੇ ਹੋਵੋਗੇ, ਪ੍ਰਾਰਥਨਾ ਬਾਈਬਲ ਵਿੱਚੋਂ ਪੜ੍ਹ ਕੇ ਕਰਦੇ ਹੋਵੋਗੇ, ਬਾਈਬਲ ਕਿੱਥੇ ਹੈ, ਨੀਵੀਂ ਕਿਉਂ ਪਾ ਲਈ? ਉਹਨਾਂ 'ਚੋਂ ਇੱਕ ਬੋਲਿਆ ਕਿ ਪਾਦਰੀ ਸਾਹਿਬ ਅਸੀਂ ਪੜ੍ਹੇ ਲਿਖੇ ਨਹੀਂ ਹਾਂ, ਅਸੀਂ ਪੜ੍ਹੇ ਲਿਖੇ ਨਹੀਂ ਹਾਂ, ਸਾਨੂੰ ਪ੍ਰਾਰਥਨਾ ਨਹੀਂ ਆਉਂਦੀ। ਪਾਦਰੀ ਹੋਰ ਖੁਸ਼ ਹੋ ਗਿਆ ਅਤੇ ਹੈਰਾਨ ਹੋ ਗਿਆ ਕਿ ਪੜ੍ਹੇ ਲਿਖੇ ਨਹੀਂ ਹੋ, ਬਾਈਬਲ ਤੁਹਾਡੇ ਕੋਲ ਨਹੀਂ ਹੈ, ਪ੍ਰਾਰਥਨਾ ਤੁਹਾਨੂੰ ਆਉਂਦੀ ਨਹੀਂ ਹੈ। ਕਹਿੰਦੇ ਨੇ ਕਿ ਉਹ ਫਕੀਰ ਆਖਣ ਲੱਗੇ ਕਿ ਪਾਦਰੀ ਸਾਹਿਬ ਤੁਸੀਂ ਸਾਨੂੰ ਪ੍ਰਾਰਥਨਾ ਸਿਖਾਲਦੇ ਹੋ, ਤੁਸੀਂ ਸਿਖਾਲਦੇ ਹੋ, ਪ੍ਰਾਰਥਨਾ ਕਿਸ ਤਰ੍ਹਾਂ ਕਰੀਦੀ ਹੈ? ਅਸੀਂ ਉਸ ਤਰ੍ਹਾਂ ਕਰ ਲਿਆ ਕਰਾਂਗੇ ਜਿੱਦਾਂ ਤੁਸੀਂ ਕਹਿੰਦੇ ਹੋ। ਅਤੇ ਪਾਦਰੀ ਆਖਣ ਲੱਗਾ ਹੈ ਕਿ ਪਹਿਲਾਂ ਪਤਾ ਕਰਾਂ ਕਿ ਇਹ ਪ੍ਰਾਰਥਨਾ ਕਰਦੇ ਕਿਹੜੀ ਨੇ, ਕੀ ਕਰਦੇ ਨੇ। ਅਤੇ ਪੁੱਛਦਾ ਹੈ ਕਿ ਫਿਰ ਵੀ ਤੁਸੀਂ ਕੁਝ ਨਾ ਕੁਝ ਤਾਂ ਅਰਦਾਸ ਕੋਈ ਪ੍ਰਾਰਥਨਾ ਕਰਦੇ ਹੋਵੋਗੇ। ਉਹ ਆਖਣ ਲੱਗੇ ਫਕੀਰ ਕਿ ਕਿਉਂ ਸ਼ਰਮਿੰਦਾ ਕਰਦੇ ਹੋ, ਸਾਨੂੰ ਪ੍ਰਾਰਥਨਾ ਨਹੀਂ ਆਉਂਦੀ, ਸਾਨੂੰ ਅਰਦਾਸ ਨਹੀਂ ਆਉਂਦੀ, ਨਾ ਹੀ ਅਸੀਂ ਕਦੇ ਪੜ੍ਹੀ ਹੈ ਪ੍ਰਾਰਥਨਾ, ਤੁਸੀਂ ਦੱਸ ਦਿਓ। ਨਹੀਂ, ਪਾਦਰੀ ਕਹਿੰਦਾ ਕਿ ਦੱਸੋ। ਉਹ ਆਖਣ ਲੱਗੇ ਕਿ ਅਸੀਂ ਤਾਂ ਆਪਣੇ ਕੋਲ ਆਪਣੇ ਹਿਰਦੇ ਵਿੱਚੋਂ ਅਰਦਾਸ ਬਣਾ ਲਈ ਹੈ, ਕਿਉਂਕਿ ਈਸਾਈਅਤ ਵਿੱਚ ਤਿੰਨ ਰੂਪ ਪਰਮੇਸ਼ਰ ਦੇ ਮੰਨੇ ਜਾਂਦੇ ਨੇ। ਕਹਿੰਦੇ ਨੇ ਕਿ ਅਸੀਂ ਵੀ ਉਸੇ ਤਰੀਕੇ ਨਾਲ ਅਰਦਾਸ ਕਰ ਦਿੱਤੀ ਹੈ ਕਿ ਇਹ ਪ੍ਰਭੂ ਹੈ ਪਰਮੇਸ਼ਰ, ਤੁਸੀਂ ਵੀ ਤਿੰਨ ਹੋ ਅਤੇ ਅਸੀਂ ਵੀ ਤਿੰਨ ਹਾਂ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਦਰਸ਼ਨ ਦਿਓ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਤੁਸੀਂ ਸਾਨੂੰ ਸਵਾਸ ਦਿੱਤੇ ਨੇ, ਜੀਵਨ ਦਿੱਤੇ ਨੇ, ਬਸ ਇਹ ਜੀਵਨ ਸਫਲ ਹੋ ਜਾਏ, ਆਪਣੇ ਦਰਸ਼ਨ ਦੇ ਦਿਓ, ਬਸ ਇਹੀ ਅਰਦਾਸ ਅਸੀਂ 'ਤੇ ਕਰੀ ਦੀ ਹੈ। ਉਹ ਪਾਦਰੀ ਹੱਸ ਪਿਆ, ਮੁਸਕਰਾਇਆ। ਕਹਿੰਦੇ ਨੇ ਕਿ ਇਹ ਵੀ ਕੋਈ ਅਰਦਾਸ ਹੈ?
ਮੈਂ ਤੇ ਕਦੇ ਇਹੋ ਜਿਹੀ ਅਰਦਾਸ ਨਹੀਂ ਸੁਣੀ, ਇਹੋ ਜਿਹੀ ਪ੍ਰਾਰਥਨਾ ਨਹੀਂ ਸੁਣੀ। ਤੇ ਉਹ ਤਿੰਨੇ ਜਾਣੇ ਆਖਣ ਲੱਗੇ ਕਿ ਤੁਸੀਂ ਸਾਨੂੰ ਪ੍ਰਾਰਥਨਾ ਸਿਖਾਲਦੇ ਹੋ, ਤੁਸੀਂ ਦੱਸ ਦਿਓ ਪ੍ਰਾਰਥਨਾ ਕੀ ਹੈ। ਕਹਿੰਦੇ ਨੇ ਕਿ ਉਹ ਪਾਦਰੀ ਉਹਨਾਂ ਨੂੰ ਫਿਰ ਬਾਈਬਲ ਦੇ ਵਿੱਚੋਂ ਪ੍ਰਾਰਥਨਾ ਕਰਨੀ ਦੱਸਣ ਲੱਗ ਪਿਆ, ਉਹਨਾਂ ਨੂੰ ਰਟਾਉਣ ਲੱਗ ਪਿਆ, ਯਾਦ ਕਰਾਉਣ ਲੱਗ ਪਿਆ। ਇੱਕ ਵਾਰੀ ਪ੍ਰਾਰਥਨਾ ਕੀਤੀ ਤੇ ਉਹ ਆਖਣ ਲੱਗੇ ਕਿ ਇੱਕ ਵਾਰ ਹੋਰ ਉਹਨੇ ਫਿਰ ਸੁਣਾ ਦਿੱਤੀ। ਤੇ ਤੀਸਰੀ ਵਾਰੀ ਆਖਿਆ ਕਿ ਇੱਕ ਵਾਰ ਹੋਰ ਸੁਣਾ ਦਿਓ, ਕਿਤੇ ਅਸੀਂ ਭੁੱਲ ਨਾ ਜਾਈਏ, ਚੰਗੀ ਤਰ੍ਹਾਂ ਸਾਨੂੰ ਯਾਦ ਹੋ ਜਾਏ। ਤੀਸਰੀ ਵਾਰੀ ਵੀ ਸੁਣਾ ਦਿੱਤੀ ਤੇ ਹੁਣ ਚੌਥੀ ਵਾਰੀ ਆਖਣ ਲੱਗੇ ਕਿ ਪਾਦਰੀ ਜੀ ਬਸ ਇੱਕ ਵਾਰ ਹੋਰ ਸੁਣਾ ਦਿਓ, ਇੱਕ ਵਾਰ ਹੋਰ। ਤੇ ਪਾਦਰੀ ਥੋੜ੍ਹਾ ਜਿਹਾ ਔਖਾ ਹੋ ਕੇ ਬੋਲਿਆ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਫਿਕਰ ਨਾ ਕਰੋ, ਕਦੇ ਕਦੇ ਚਰਚ ਵਿੱਚ ਆ ਜਾਇਆ ਕਰੋ, ਤੁਹਾਡਾ ਵੀ ਜੀਵਨ ਬਦਲ ਜਾਏਗਾ। ਕਦੇ ਕਦੇ ਚਰਚ ਵਿੱਚ ਆ ਜਾਇਆ ਕਰੋ, ਤੁਹਾਡੀ ਵੀ ਜ਼ਿੰਦਗੀ ਬਦਲ ਦੇਗੀ, ਮੈਂ ਵੀ ਤੁਹਾਨੂੰ ਮਾਫ਼ ਕਰ ਦਿਆਂਗਾ ਅਤੇ ਲੋਕ ਵੀ ਤੁਹਾਨੂੰ ਮਾਫ਼ ਕਰ ਦੇਣਗੇ, ਤੁਸੀਂ ਚਰਚ ਵਿੱਚ ਆ ਜਾਇਆ ਕਰੋ। ਉਹਨਾਂ ਨੇ ਕਿਹਾ ਸੱਤ ਬਚਨ ਜੀ, ਅਸੀਂ ਜ਼ਰੂਰ ਆਇਆ ਕਰਾਂਗੇ। ਕਹਿੰਦੇ ਨੇ ਕਿ ਇੰਨੀ ਗੱਲ ਕਰਕੇ ਉਹਨਾਂ ਨੂੰ ਪ੍ਰਾਰਥਨਾ ਕਰਨੀ ਸਿਖਾਲ ਕੇ ਕਿ ਆਪ ਪਾਦਰੀ ਹੁਣ ਕਸ਼ਤੀ ਵਿੱਚ ਬਹਿ ਕੇ ਵਾਪਸ ਨਦੀ ਵਿੱਚ ਦੀ ਲੰਘ ਕੇ ਆਪਣੇ ਸਥਾਨ 'ਤੇ ਜਾ ਰਿਹਾ ਹੈ। ਹਾਲੇ ਅੱਧ ਦੇ ਵਿੱਚ ਹੀ ਕਹਿੰਦੇ ਨੇ ਕਸ਼ਤੀ ਗਈ ਹੈ, ਅੱਧ ਦੇ ਵਿੱਚ ਹੀ ਗਈ ਹੈ ਅਤੇ ਪਿੱਛਿਓਂ ਚੀਕ ਚਹਾੜੇ ਦੀ ਆਵਾਜ਼ ਸੁਣੀ ਪਾਦਰੀ ਦੇ ਕੰਨਾਂ ਦੇ ਵਿੱਚ। ਅਤੇ ਜਦੋਂ ਪਿੱਛੇ ਮੁੜ ਕੇ ਵੇਖਿਆ ਹੈ ਅਤੇ ਲੋਕ ਕਈ ਚੀਕ ਚਿਹਾੜਾ ਪਾ ਰਹੇ ਨੇ ਅਤੇ ਉਹ ਤਿੰਨੇ ਫਕੀਰ ਪਾਣੀ ਦੇ ਉੱਤੇ ਦੌੜੇ ਦੌੜੇ ਆ ਰਹੇ ਨੇ ਇਸ ਪਾਦਰੀ ਦੇ ਮਗਰ, ਆਵਾਜ਼ਾਂ ਮਾਰਦੇ ਆ ਰਹੇ ਨੇ ਕਿ ਪਾਦਰੀ ਸਾਹਿਬ ਸਾਨੂੰ ਇੱਕ ਵਾਰ ਅਰਦਾਸ ਫੇਰ ਦੱਸ ਜਾਓ, ਅਸੀਂ ਭੁੱਲਣਾ ਜਾਈਏ, ਸਾਡੇ ਵਿੱਚ ਆਪਸ ਵਿੱਚ ਰੌਲਾ ਪੈ ਰਿਹਾ ਹੈ। ਅਤੇ ਉਹ ਤਿੰਨੇ ਜਾਣੇ ਪਾਣੀ 'ਤੇ ਇਸੇ ਤਰ੍ਹਾਂ ਦੌੜੇ ਆ ਰਹੇ ਨੇ ਜਿਸ ਤਰ੍ਹਾਂ ਕੋਈ ਇਨਸਾਨ ਜ਼ਮੀਨ 'ਤੇ ਦੌੜਦਾ ਹੋਵੇ। ਅਤੇ ਜਦੋਂ ਪਾਦਰੀ ਨੇ ਇਹ ਕਹਿੰਦੇ ਨੇ ਦ੍ਰਿਸ਼ ਦੇਖਿਆ ਕਿ ਪਾਣੀ 'ਤੇ ਦੌੜੇ ਆ ਰਹੇ ਨੇ ਅਤੇ ਉਹਦੀਆਂ 'ਤੇ ਅੱਖਾਂ ਅੱਡੀਆਂ ਰਹਿ ਗਈਆਂ, ਇਹ ਕੋਲ ਆ ਕੇ ਫਕੀਰ ਆਖਣ ਲੱਗੇ ਕਿ ਪਾਦਰੀ ਸਾਹਿਬ ਇੱਕ ਵਾਰੀ ਪ੍ਰਾਰਥਨਾ ਫੇਰ ਦੱਸ ਦਿਓ। ਅਤੇ ਪਾਦਰੀ ਦੇ ਕਹਿੰਦੇ ਨੇ ਕਿ ਹੱਥ ਜੁੜ ਗਏ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਕਹਿੰਦੇ ਮੈਨੂੰ ਮਾਫ਼ ਕਰ ਦਿਓ, ਜੋ ਵੀ ਮੈਂ ਤੁਹਾਨੂੰ ਪੜ੍ਹਾਇਆ ਏ, ਜੋ ਵੀ ਸੁਣਾਇਆ ਏ, ਉਹਨੂੰ ਸਾਰੇ ਕੁਝ ਨੂੰ ਭੁੱਲ ਜਾਓ, ਜਿਹੜੀ ਤੁਹਾਡੇ ਹਿਰਦੇ 'ਚੋਂ ਅਰਦਾਸ ਨਿਕਲੀ ਸੀ ਉਹੀ ਅਰਦਾਸ ਸੱਚੀ ਹੈ, ਤੁਹਾਡੀ ਅਰਦਾਸ ਸੱਚੀ ਹੈ ਅਤੇ ਮੇਰੀ ਅਰਦਾਸ ਹਾਰ ਗਈ, ਤੁਹਾਡੀ ਅਰਦਾਸ ਜਿੱਤ ਗਈ। ਅਤੇ ਹਾਂ ਪਿਆਰਿਓ, ਅਰਦਾਸ ਸੱਚ ਵਿੱਚ ਹੁੰਦੀ ਹੀ ਉਹੀ ਹੈ ਜਿਹੜੀ ਤੁਹਾਡੇ ਹਿਰਦੇ ਵਿੱਚੋਂ ਨਿਕਲੇ, ਜਿਹੜੀ ਤੁਹਾਡੇ ਪ੍ਰਾਣਾਂ ਵਿੱਚੋਂ ਨਿਕਲੇ, ਉਹ ਚਾਹੇ ਦੋ ਲਫ਼ਜ਼ ਹੀ ਹੋਣ, ਉਹੀ ਅਰਦਾਸ ਗੁਰੂ ਘਰ ਦੇ ਵਿੱਚ ਕਬੂਲ ਹੋ ਜਾਂਦੀ ਹੈ। ਇਸ ਲਈ ਕਹਿੰਦੇ ਨੇ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਅਨਥਾ ਅਤੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਜਿਸ ਨੂੰ ਅਰਦਾਸ ਕਰਨ ਦਾ ਤਰੀਕਾ ਨਹੀਂ, ਉਹਨੂੰ ਕਦੇ ਉਹ ਰਾਮ ਨਹੀਂ ਮਿਲਦਾ। ਆਓ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਬਦ ਨਾਲ ਹਾਜ਼ਰੀ ਲਗਾ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਜਾਪ ਕਰੀਏ। ਵਜ੍ਹਾ ਕੀ ਹੈ? ਕਿਉਂਕਿ ਅਸੀਂ ਇੱਕ ਹੱਥ ਨਾਲ ਤੇ ਨਿਰੰਕਾਰ ਨੂੰ ਫੜਨਾ ਚਾਹੁੰਦੇ ਹਾਂ, ਦੂਸਰੇ ਹੱਥ ਨਾਲ ਸੰਸਾਰ ਨੂੰ ਘੁੱਟ ਕੇ ਫੜਿਆ ਹੋਇਆ। ਇੱਕ ਛੋਟੀ ਜਿਹੀ ਤੁਹਾਨੂੰ ਗੱਲ ਸੁਣਾ ਕੇ ਫਿਰ ਆਨੰਦ ਸਾਹਿਬ ਦਾ ਜਾਪ ਕਰਾਂ, ਹੋਰ ਗੱਲ ਵਿੱਚ ਸਮਝ ਵਿੱਚ ਆਏਗੀ ਕਿ ਰਾਮ ਕਿਉਂ ਨਹੀਂ ਪਾਇਆ ਜਾਂਦਾ। ਕਹਿੰਦੇ ਨੇ ਕਿ ਇੱਕ ਸ਼ਾਮ ਦੇ ਵੇਲੇ ਕੁਝ ਦੋਸਤ ਮਿੱਤਰ ਨਸ਼ਾ ਕੀਤਾ, ਸ਼ਰਾਬ ਪੀ ਲਈ, ਇੱਕ ਨਦੀ ਦੇ ਕੰਢੇ ਚਲੇ ਗਏ ਨੇ।
ਨਸ਼ੇ ਵਿੱਚ ਨੇ, ਕੋਈ ਸ਼ੁੱਧ ਬੁੱਧ ਹੈ ਨਹੀਂ। ਕਹਿੰਦੇ ਨੇ ਕਿ ਨਾਲ ਕਿਨਾਰੇ 'ਤੇ ਇੱਕ ਕਿਸ਼ਤੀ ਖੜ੍ਹੀ ਹੈ ਅਤੇ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਕਿਸ਼ਤੀ ਵਿੱਚ ਸਫ਼ਰ ਕਰੀਏ। ਬੈਠ ਗਏ ਨੇ ਅਤੇ ਇੱਕ ਉਹਨਾਂ ਦੇ ਵਿੱਚ ਦੋਸਤ, ਉਹਨਾਂ ਦਾ ਮਿੱਤਰ, ਕਹਿੰਦੇ ਚੱਪੂ ਮਾਰਨ ਲੱਗ ਪਏ, ਚਲਾਉਣ ਲੱਗ ਪਏ ਕਿਸ਼ਤੀ ਨੂੰ। ਅਤੇ ਸੋਚਦੇ ਨੇ ਕਿ ਆਪਾਂ, ਕਹਿੰਦੇ ਨੇ ਕਿ ਦਿਨ ਦੇ ਚੜ੍ਹਾਅ ਤੱਕ ਤਾਂ ਸਾਰੀ ਰਾਤ ਸਫ਼ਰ ਕਰਕੇ ਦਿਨ ਦੇ ਚੜ੍ਹਾਅ ਤੱਕ ਤਾਂ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ, ਬਹੁਤ ਦੂਰ ਚਲੇ ਜਾਵਾਂਗੇ। ਕਹਿੰਦੇ ਨੇ ਕਿ ਜਿਹੜਾ ਚੱਪੂ ਮਾਰ ਰਿਹਾ ਸੀ ਦੋਸਤ, ਕਾਫ਼ੀ ਚਿਰ ਚੱਪੂ ਮਾਰਨ ਤੋਂ ਬਾਅਦ ਥੱਕ ਗਿਆ, ਹਾਰ ਗਿਆ, ਅਤੇ ਹੁਣ ਨਾਲਦਿਆਂ ਨੂੰ ਕਹਿੰਦਾ ਹੈ ਕਿ ਭਾਈ ਮੈਂ ਤਾਂ ਥੱਕ ਗਿਆ, ਹੁਣ ਤੁਸੀਂ ਚੱਪੂ ਮਾਰ। ਨਸ਼ੇ 'ਚ ਨੇ ਦੂਸਰੇ ਜਾਣੇ ਕਿਸ਼ਤੀ ਚਲਾਉਣ ਲੱਗ ਪਏ, ਚੱਪੂ ਮਾਰਨ ਲੱਗ ਪਏ ਨੇ। ਇੰਨੇ ਨੂੰ ਕਹਿੰਦੇ ਸਾਰੀ ਰਾਤ ਬੀਤ ਗਈ, ਦਿਨ ਚੜ੍ਹ ਗਿਆ, ਅਤੇ ਜਦੋਂ ਹੋਸ਼ ਆਈ ਦੇ ਨੇ ਅਤੇ ਦੇਖਿਆ, ਸੋਚਦੇ ਨੇ ਕਿ ਬਹੁਤ ਦੂਰ ਚਲੇ ਗਏ ਹੋਵਾਂਗੇ, ਜਦੋਂ ਦੇਖਿਆ ਕਿ ਉਹ ਤਾਂ ਸਾਰੀ ਰਾਤ ਉੱਥੇ ਹੀ ਖੜ੍ਹੇ ਨੇ, ਉੱਥੇ ਹੀ ਖੜ੍ਹੇ ਨੇ। ਕਿਉਂ ਖੜ੍ਹੇ ਨੇ? ਕਹਿੰਦੇ ਨੇ ਕਿ ਜਿਹੜਾ ਕਿਸ਼ਤੀ ਦਾ ਮਾਲਕ ਸੀ ਉਹਨੇ ਰੱਸੇ ਦੇ ਨਾਲ ਬੰਨ੍ਹੀ ਹੋਈ ਸੀ ਕਿਸ਼ਤੀ, ਰੱਸੇ ਦੇ ਨਾਲ ਬੰਨ੍ਹੀ ਹੋਈ ਸੀ ਕਿਸ਼ਤੀ, ਅਤੇ ਕਿਸ਼ਤੀ ਖੋਲ੍ਹਣ ਦਾ ਖਿਆਲ ਨਹੀਂ, ਅਤੇ ਸਾਰੀ ਰਾਤ ਚੱਪੂ ਮਾਰਦੇ ਰਹੇ, ਜਿੱਥੇ ਸੀਗੇ ਉੱਥੇ ਹੀ ਖੜ੍ਹੇ ਰਹੇ। ਅਤੇ ਇਹੀ ਹਾਲ ਪਿਆਰਿਓ ਸਾਡਾ ਹੀ, ਅਸੀਂ ਜਿਹੜੇ ਸਾਡੀ ਜ਼ਿੰਦਗੀ ਨੂੰ ਸੰਗਲ ਪਏ ਹੋਏ ਨੇ ਵਿਕਾਰਾਂ ਦੇ, ਜਾਂ ਫਿਰ ਕੰਮ ਕਾਰ ਦੇ, ਪਰਿਵਾਰਾਂ ਦੇ ਮੋਹ ਦੇ ਸੰਗਲ ਨੇ, ਉਹ ਸੰਗਲ ਤਾਂ ਖੋਲ੍ਹਦੇ ਨਹੀਂ, ਉਹ ਸੰਗਲ ਖੋਲ੍ਹਦੇ ਨਹੀਂ। ਪਰ ਸੋਚਦੇ ਹਾਂ ਕਿ ਅਸੀਂ ਗੁਰੂ ਘਰ ਜਾਵਾਂਗੇ, ਬਾਣੀ ਪੜ੍ਹਾਂਗੇ, ਪਤਾ ਨਹੀਂ ਅਸੀਂ ਪਰਮਾਤਮਾ ਦੇ ਮਾਰਗ 'ਤੇ ਕਿੱਥੇ ਤੱਕ ਪਹੁੰਚ ਜਾਵਾਂਗੇ, ਨਹੀਂ ਪਹੁੰਚਾਂਗੇ। ਜਿੰਨਾ ਚਿਰ ਇਹ ਸੰਗਲ ਨਹੀਂ ਖੋਲ੍ਹਦੇ ਉਨਾ ਚਿਰ ਕਿੱਦਾਂ ਪਹੁੰਚਾਂਗੇ? ਸੋ ਇਸੇ ਲਈ ਇਹ ਸੰਗਲ ਖੋਲ੍ਹੀਏ, ਤਦੇ ਹੀ ਫਿਰ ਇਹ ਗੱਲ ਜੋ ਸਤਿਗੁਰ ਆਪਾਂ ਬਾਣੀ 'ਚ ਪੜ੍ਹ ਕੇ ਹਟਿਆ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੈ, ਫਿਰ ਰਾਮ ਕਿਹਾ ਹੋਇਆ ਸਫਲ ਹੋਵੇਗਾ ਜਦੋਂ ਆਪਾਂ ਸਹੀ ਦਿਸ਼ਾ 'ਤੇ, ਸਹੀ ਰਸਤੇ 'ਤੇ ਚੱਲਾਂਗੇ, ਅਤੇ ਅਰਦਾਸ ਵੀ ਕਰਦੇ ਜਾਵਾਂਗੇ ਹਿਰਦੇ ਵਿੱਚੋਂ ਕਿ ਇਹ ਪ੍ਰਭੂ ਸਾਨੂੰ ਮੰਜ਼ਿਲ 'ਤੇ ਪਹੁੰਚਾਉਣ ਦੀ ਸਮਤ ਬਖਸ਼। ਸੋ ਆਓ ਪਿਆਰਿਓ, ਆਪਾਂ ਹੁਣ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀਆਂ ਕਰੀਏ। ਇੰਨੀਆਂ ਹੀ ਕੀਰਤਨ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ।